ਅੱਜ ਹੁਸ਼ਿਆਰਪੁਰ 'ਚ ਪੰਜਾਬ ਸਰਕਾਰ ਦੇ ਮੈਡੀਕਲ ਅਤੇ ਸਿੱਖਿਆ ਮੰਤਰੀ ਓਪੀ ਸੋਨੀ ਪਹੁੰਚੇ, ਜਿੱਥੇ ਉਹਨਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਹੁਸ਼ਿਆਰਪੁਰ 'ਚ 350 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਦੀ ਜ਼ਮੀਨ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਅਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਪੀ ਸੋਨੀ ਨੇ ਦੱਸਿਆ ਕਿ ਮੈਡੀਕਲ ਕਾਲਜ ਦਾ ਕੰਮ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਸ਼ੁਰੂ ਹੋ ਜਾਵੇਗਾ ਅਤੇ ਇਸ ਦਾ ਨੀਂਹ ਪੱਥਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੱਖਿਆ ਜਾਵੇਗਾ ਅਤੇ ਸਾਲ 2022 ਦੇ ਅੰਤ ਤੱਕ ਮੈਡੀਕਲ ਕਾਲਜ ਦਾ ਨਿਰਮਾਣ ਕਾਰਜ ਪੂਰਾ ਕਰਵਾ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਕਾਲਜ 'ਚ ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਮਸ਼ੀਨਰੀ ਵੀ ਲਗਾਈ ਜਾਵੇਗੀ। ਓਪੀ ਸੋਨੀ ਨੇ ਦੱਸਿਆ ਕਿ ਮੈਡੀਕਲ ਕਾਲਜ ਲਈ ਕੇਂਦਰ ਸਰਕਾਰ ਵੱਲੋਂ ਅਪਰੂਵਲ ਵੀ ਆ ਚੁੱਕੀ ਹੈ ਅਤੇ ਕਾਲਜਾਂ ਦੇ ਨਿਰਮਾਣ ਲਈ ਪੈਸਾ ਵੀ ਆ ਚੁੱਕਾ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਹੁਸ਼ਿਆਰਪੁਰ ਜਿਹੜਾ ਅਸੀਂ ਮੈਡੀਕਲ ਕਾਲਜ CM ਸਾਹਿਬ ਦੀ ਅਗਵਾਈ 'ਚ ਅਸੀਂ ਬਣਾ ਰਹੇ ਹਾਂ, ਸੋ ਇਹਦਾ ਸਾਰਾ ਪ੍ਰੋਸੈਸ ਜਿਹੜਾ ਮੈਡੀਕਲ ਕਾਲਜ ਦਾ ਉਹ ਅਸੀਂ ਪੂਰਾ ਕਰ ਲਿਆ, ਹੁਣ ਇਹਦੀ ਸ਼ੁਰੂਆਤ ਕਰਨ ਅਸੀਂ ਜਾ ਰਹੇ ਹਾਂ। ਸੋ ਅੱਜ ਮੇਰੇ ਨਾਲ ਪ੍ਰਿੰਸੀਪਲ ਸੈਕਟਰੀ ਮੇਰੇ ਨਾਲ ਆਏ ਨੇ, ਅਸੀਂ ਸਾਰੀ ਵਿਜ਼ਿਟ ਕਰਨ ਆਏ ਹਾਂ। ਇੱਥੇ ਜਿਹੜੀ ਜਗ੍ਹਾ ਹੈ ਉਹ 14 ਏਕੜ ਦੇ ਕਰੀਬ ਆ ਹੋਸਪਿਟਲ ਦੀ, ਸਿਵਲ ਹੋਸਪਿਟਲ ਦੀ। ਸੋ ਇਹ ਜਿਹੜਾ ਮੈਡੀਕਲ ਕਾਲਜ ਵੱਧਦਾ ਹੈ ਇਹਦੇ ਵਾਸਤੇ ਤਕਰੀਬਨ 20 ਏਕੜ ਜ਼ਮੀਨ ਚਾਹੀਦੀ ਆ। ਸੋ ਦੋ ਪਾਰਟ 'ਚ, ਇੱਕ 'ਚ ਅਸੀਂ ਇੱਥੇ 500 ਬੈੱਡ ਹੋਸਪਿਟਲ ਜਿਹੜਾ ਉਹ ਇੱਥੇ ਅਸੀਂ ਬਣਾ ਰਹੇ ਹਾਂ। ਜਿਹੜਾ ਮੈਡੀਕਲ ਕਾਲਜ ਦੀ ਬਿਲਡਿੰਗ ਆ ਉਹ ਇਸ ਤੋਂ 4-5 ਕਿਲੋਮੀਟਰ ਅੱਗੇ ਜਾ ਕੇ ਚੰਡੀਗੜ੍ਹ ਰੋਡ 'ਤੇ, ਉੱਥੇ ਅਸੀਂ ਮੈਡੀਕਲ ਕਾਲਜ ਦੀ ਬਿਲਡਿੰਗ ਜਿਹੜੀ ਆ ਉੱਥੇ ਬਣਾ ਰਹੇ ਹਾਂ। ਸੋ ਇਹਦੀ ਸ਼ੁਰੂਆਤ ਜਿਹੜੀ ਆ ਉਹ ਅਸੀਂ CM ਸਾਹਿਬ ਨੇ ਇੱਥੇ ਆਣ ਕੇ ਇਹਦਾ ਨੀਂਹ ਪੱਥਰ ਰੱਖਣਾ, ਉਹ ਅਸੀਂ ਜੁਲਾਈ ਦੇ 1st week ਅਸੀਂ ਇਹਦਾ ਨੀਂਹ ਪੱਥਰ ਰਖਾ ਦੇਣਾ। ਇਹਨੂੰ ਅਸੀਂ 22 ਦੇ ਐਂਡ ਜਾਂ 23 ਦੇ ਸਟਾਰਟ 'ਚ ਕੰਪਲੀਟ ਕਰ ਦੇਣਾ, ਕਿਉਂਕਿ ਕਲਾਸਾਂ ਲੱਗਣੀਆਂ ਜਿਹੜੀਆਂ 1st year ਦੀਆਂ MBBS ਦੀਆਂ, ਉਹ ਜਿਹੜੀਆਂ ਅਸੀਂ 22 ਦੇ ਐਂਡ 'ਚ 23 ਦੇ ਸਟਾਰਟ 'ਚ ਅਸੀਂ ਚਾਲੂ ਕਰ ਦੇਣੀਆਂ ਨੇ। ਸੋ ਅੱਜ ਅਸੀਂ ਜਾਇਜ਼ਾ ਲੈਣ ਆਏ ਹਾਂ ਕਿੱਥੇ ਕੋਈ ਅਮੈਂਡਮੈਂਟ ਕਰਨੀ ਆ, ਕਿੱਥੇ ਕੀ ਹੋਣਾ। ਸਾਡੇ ਨਾਲ ਸਾਰੇ ਅਫਸਰ ਸੰਭਾਲ ਇੱਥੇ ਆਏ ਨੇ। ਇਹ ਕੰਮ ਜਿਹੜਾ ਅਸੀਂ BNR ਡਿਪਾਰਟਮੈਂਟ ਨੂੰ ਦੇ ਦਿੱਤਾ, ਸੋ ਇਹਦੇ 'ਤੇ ਤਕਰੀਬਨ 350 ਕਰੋੜ ਰੁਪਈਆ ਇਹਦੀ ਬਿਲਡਿੰਗ 'ਤੇ ਖਰਚ ਆਉਣਾ। ਉਸਦੇ ਨਾਲ ਨਾਲ 50 ਕਰੋੜ ਰੁਪਈਏ ਦਾ ਐਕਸਟਰਾ ਜਿਹੜੀ ਮਸ਼ੀਨਰੀ, ਇੱਥੇ ਲੇਟੈਸਟ ਮਸ਼ੀਨਾਂ ਜਿਹੜੀਆਂ ਇਸ ਹੋਸਪਿਟਲ 'ਚ ਜਿਹੜੀਆਂ ਆਉਣੀਆਂ ਨੇ, ਸੋ 450 ਕਰੋੜ ਰੁਪਈਆ ਇਸ ਮੈਡੀਕਲ ਕਾਲਜ 'ਚ ਲੱਗਣ ਜਾ ਰਿਹਾ। ਅਸੀਂ ਪੰਜਾਬ 'ਚ 3 ਮੈਡੀਕਲ ਕਾਲਜ ਜਿਹੜੇ ਨੇ ਜਿਨ੍ਹਾਂ ਦੀ ਅਪਰੂਵਲ ਆ ਚੁੱਕੀ ਹੈ ਵੈਸੇ, ਅਤੇ ਹੋਰ ਵੀ 2 ਸਾਡੇ ਜਿਹੜਾ ਉਹਦਾ ਪ੍ਰੋਸੈਸ ਚੱਲ ਰਿਹਾ, ਗੁਰਦਾਸਪੁਰ ਅਤੇ ਮਲੇਰਕੋਟਲੇ ਦਾ। ਪਰ ਜਿਹੜੇ 3 ਜਿਨ੍ਹਾਂ ਦੀਆਂ ਅਪਰੂਵਲਸ ਆ ਗਈਆਂ ਸੈਂਟਰ ਗੌਰਮੈਂਟ ਕੋਲ, ਪੈਸੇ ਸਾਰੇ ਆ ਗਏ, ਉਹ ਅਸੀਂ 1 ਮੋਹਾਲੀ ਜਿਹੜਾ ਇਸ ਸਾਲ ਅਸੀਂ ਚਾਲੂ ਕਰ ਦੇਣਾ, 2 ਜਿਹੜੇ ਨੇ ਹੁਸ਼ਿਆਰਪੁਰ ਅਤੇ ਕਪੂਰਥਲਾ, ਇਹ ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਸੋ ਇਹ ਅਸੀਂ ਜਲਦੀ ਜਿਹੜਾ ਕੰਮ ਕੰਪਲੀਟ ਕਰ ਦੇਣਾ, ਉਹਦਾ ਅੱਜ ਅਸੀਂ ਜਾਇਜ਼ਾ ਲੈਣਾ ਹੈ। ਸਰ ਸ਼ੁਰੂ ਕਰ ਦੇਣਾ ਸਰ, ਤੁਸੀਂ ਵਾਰ ਵਾਰ ਇਹੀ ਸੁਣਨ ਮਿਲਦਾ, ਸ਼ੁਰੂ ਕਰ ਦੇਣਾ ਸਰ। 4 ਸਾਲ ਤੋਂ 13 ਤੋਂ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਸੀ, 3 ਵਾਰੀ ਨੀਂਹ ਪੱਥਰ ਰੱਖ ਹੋ ਗਿਆ। ਤੁਸੀਂ ਗੱਲ ਕਰਦੇ ਹੋ ਕੈਂਸਰ ਹੋਸਪਿਟਲ ਦੀ, ਇਹ ਮੈਡੀਕਲ ਕਾਲਜ ਜਿੱਥੇ ਡਾਕਟਰ ਬਣਦੇ ਨੇ। ਸੋ ਇਹਦੇ ਨਾਲ ਨਾਲ ਬੜੀ ਵੱਡੀ ਫੈਸਿਲਿਟੀ ਜਿਹੜੀ
ਤੁਹਾਨੂੰ ਪਤਾ ਮੈਡੀਕਲ ਕਾਲਜ ਦੇ ਨਾਲ ਇੱਕ ਬਹੁਤ ਵੱਡਾ ਹੋਸਪਿਟਲ 500 ਬੈੱਡ ਦਾ ਹੋਸਪਿਟਲ ਜਿਹੜਾ ਉਹ ਨਾਲ ਬੰਨਾ, ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਪੇਸ਼ੈਂਟ ਨੂੰ ਇੱਥੇ ਮਿਲਦੀ ਹੈ। ਇਹ ਤਾਂ ਬੜੇ ਬੜੇ ਜਿਹੜੇ DM ਡਾਕਟਰ ਨੇ ਉਹ ਇੱਥੇ ਸੁਪਰ ਸਪੈਸ਼ਲਿਸਟ ਡਾਕਟਰ ਜਿਹੜੇ ਨੇ ਇੱਥੇ ਆ ਜਾਣਗੇ, ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਜਿਹੜਾ ਇੱਥੇ ਹੋਇਆ ਕਰੇਗਾ। ਇਹ ਅਰੋੜਾ ਸਾਹਿਬ ਨੇ ਬੜੀ ਮਿਹਨਤ ਕੀਤੀ ਇਹਦੇ ਵਾਸਤੇ, ਸੋ ਇਹਨਾਂ ਦਾ ਬੜਾ ਸੀਗਾ ਕਿ ਕਿਸੇ ਤਰ੍ਹਾਂ ਹੁਸ਼ਿਆਰਪੁਰ ਜਿਹੜੇ ਬੱਚੇ ਸਾਡੇ ਨੇ ਇੱਥੇ ਬੜੇ ਇੰਟੈਲੀਜੈਂਟ ਨੇ ਸਰ, ਸੋ ਇੱਥੇ ਇੱਕ ਮੈਡੀਕਲ ਕਾਲਜ ਬਣਨਾ ਚਾਹੀਦਾ। ਸੋ CM ਸਾਹਿਬ ਨੂੰ ਰਿਕੁਐਸਟ ਕੀਤੀ ਅਸੀਂ ਜਾ ਕੇ ਉੱਥੇ, ਉਹਨਾਂ ਨੇ ਸਾਨੂੰ ਹੁਸ਼ਿਆਰਪੁਰ ਜਿਹੜਾ ਹੈ, ਜਿਹੜਾ ਬੇਸ਼ੱਕ ਹੁਸ਼ਿਆਰਪੁਰ ਜਿਹੜਾ ਸਾਈਡ 'ਤੇ ਪੈ ਜਾਂਦਾ, ਪਰ ਉਹਨਾਂ ਦੀ ਸੋਚ ਜਿਹੜੀ ਆ ਕਿ ਇਸ ਏਰੀਏ 'ਚ ਵੀ ਮੈਡੀਕਲ ਕਾਲਜ ਜਿਹੜਾ ਬਣਨਾ ਚਾਹੀਦਾ। ਸੋ ਉਹ ਮੈਡੀਕਲ ਕਾਲਜ ਜਿਹੜਾ ਜਿਹਦੀ ਸ਼ੁਰੂਆਤ ਜਿਹੜੀ ਅਸੀਂ ਜੁਲਾਈ 'ਚ ਕਰ ਦਿੰਦੀ ਹਾਂ, ਸੋ ਉਹਦੇ ਵਾਸਤੇ ਤੁਹਾਨੂੰ ਸਾਰਾ ਕੁਝ ਦੱਸਿਆ। ਅਤੇ ਆਪਣੇ ਸਿਰਬੰਦੀ ਕਾਂਗਰਸ ਕਹਿੰਦੀ ਆ ਆਪਾਂ ਸ਼ੁਰੂ ਕਰਨਾ ਯਾਰ, ਸਿਰੇ ਦੀ ਗੱਲ, ਉਹਨਾਂ ਦਾ ਕਿੱਥੇ ਕੀ ਰੁਕ ਲਿਆ ਉਹਨਾਂ ਦਾ, ਹੁਣ ਤਾਂ ਅਸੀਂ ਉਹਦੀ ਸੈਂਕਸ਼ਨ ਲਈ ਆ, ਹੁਣ ਤਾਂ ਅਸੀਂ ਸੈਂਕਸ਼ਨ ਲਈ ਆ ਜੀ, ਸਿਰਫ ਸਰਕਾਰ ਨੇ, ਪਹਿਲਾਂ ਵੀ ਕਈ ਪ੍ਰੋਜੈਕਟ ਜਿਹੜੇ ਹਾਲੇ ਤੱਕ ਪੈਂਡਿੰਗ ਪਏ ਹੋਏ ਹੋਏ, ਕਿੱਦਾਂ ਮੁੱਕੇਗਾ? ਵੇਖੋ ਜਿਹੜੇ CM ਸਾਹਿਬ ਜਿਹੜੇ ਪ੍ਰੋਜੈਕਟ ਜਿਹੜੇ ਸਾਡੇ ਸੈਂਕਸ਼ਨ ਹੁੰਦੇ ਨੇ ਉਹਦਾ ਟਾਈਮ ਨਹੀਂ ਲੱਗਦਾ ਕੋਈ, ਤੁਸੀਂ ਹੁਣ ਵੇਖ ਹੀ ਲੈਣਾ ਜੇ ਹੋਸਪਿਟਲ ਅਸੀਂ ਚਾਲੂ ਕਰਨ ਲੱਗੇ ਹਾਂ ਤਾਂ ਵੇਖੋ ਕਿੰਨੀ ਛੇਤੀ ਖਤਮ ਹੁੰਦਾ। ਸਾਡੀ ਪਾਰਟੀ ਜਿਹੜੀ ਕਾਂਗਰਸ ਪਾਰਟੀ ਆ ਜਾਂ ਸਾਡੇ CM ਸਾਹਿਬ ਨੇ, ਸੋ ਜੀ ਕੋਈ ਗੱਲ ਨਹੀਂ ਕਿ ਨੀਂਹ ਪੱਥਰ ਰੱਖ ਦਿਓ ਮਗਰੋਂ 4 ਸਾਲ ਪੁੱਛੋ ਹੀ ਨਾ, ਜੇ ਇਹਦਾ ਅਸੀਂ ਨੀਂਹ ਪੱਥਰ ਜਿਸ ਦਿਨ ਰੱਖਣਾ ਉਸ ਦਿਨ ਤੋਂ ਕੰਮ ਸਟਾਰਟ ਹੋਣਾ ਹੈ ਤੁਹਾਡੇ ਸਾਹਮਣੇ। ਅੱਜ ਸੁਖਬੀਰ ਬਾਦਲ ਨੇ ਕਿਹਾ ਹੈਗਾ ਕਿ ਸਾਡੀ ਸਰਕਾਰ ਬਣਨ 'ਤੇ ਪ੍ਰਾਈਵੇਟ ਬੱਸਾਂ ਵੀ ਜਿਹੜੀਆਂ ਹੈਗੀਆਂ ਫ੍ਰੀ ਦਿੱਤੀਆਂ ਜਾਣਗੀਆਂ। ਵੇਖੋ ਗੱਲ ਆ, ਸਰਕਾਰ ਬਣੂਗੀ ਫਿਰ ਵੇਖਾਂਗੇ, ਅੱਗੇ ਵੀ 10 ਸਾਲ ਵਾਲਾ ਸਰਕਾਰ ਰਹੀ ਆ, ਚਲੋ ਕੋਈ ਗੱਲ ਨਹੀਂ, ਗੱਲਾਂ ਬਾਅਦ ਦੀਆਂ। ਜਿਹੜਾ ਕਿ ਜਿਹੜਾ ਅਗਲਾ ਸਫੇਰਾ ਜਿਹੜਾ CM ਦੇ ਵਾਸਤੇ ਉਹ ਇੱਕ ਦਲਿਤ ਸਮਾਜ 'ਚ ਹੋਏਗਾ, ਉਸਨੂੰ ਕਿਸ ਤਰ੍ਹਾਂ ਦੇ ਉਪ ਮੁੱਖ ਮੰਤਰੀ ਗੱਲ ਆ, ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਪਹਿਲੋਂ ਦੇ ਲੋਕਾਂ ਨੇ ਫੈਸਲਾ ਕਰਨਾ ਕਿਹਦੀ ਕਿਹੜੀ ਪਾਰਟੀ ਦੀ ਸਰਕਾਰ ਬਣਾਉਣੀ ਆ। ਸੋ ਅਜੇ ਸਰਕਾਰਾਂ ਤਾਂ ਬਣਨ ਦਿਓ, ਹਜੇ ਤਾਂ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੰਨੇ ਕੰਮ ਕੀਤੇ ਨੇ 4 ਸਾਲਾਂ 'ਚ, ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕੀਤੇ ਨੇ। 85% ਜਿਹੜੇ ਲੋਕਾਂ ਦੇ ਜਿਨ੍ਹਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਸਰਕਾਰ ਨੇ ਕੀਤੇ ਨੇ। ਹਜੇ ਤਾਂ ਤੁਸੀਂ ਵੇਖਿਓ ਸਾਡੀ ਕਾਂਗਰਸ ਦੀ ਸਰਕਾਰ ਜਿਹੜੀ ਆ ਰਿਪੀਟ ਹੋਣੀ ਆ। ਸੋ CM ਸਾਹਿਬ ਫਿਰ ਮੁੱਖ ਮੰਤਰੀ ਬਣਨਗੇ ਕੈਪਟਨ ਅਮਰਿੰਦਰ ਸਿੰਘ ਜੀ, ਪੰਜਾਬ ਦੀ ਸਰ MBBS 17 ਫੀਸਾਂ ਨਹੀਂ, ਫੀਸਾਂ ਨਹੀਂ ਉਹਨੇ ਵਾਸਤੇ ਹਾਲੇ ਸਰਕਾਰ ਨੇ ਕੋਈ ਡਿਸੀਜਨ ਨਹੀਂ ਲਿਆ ਕਿਉਂਕਿ ਫੀਸਾਂ ਵਧੀਆਂ ਪਈਆਂ, ਔਰ ਸਟੂਡੈਂਟ ਜਿਹੜੇ ਹੈਗੇ ਅਜਿਹੇ ਹਾਲਾਤਾਂ 'ਚ ਕੀ ਕਰਨਗੇ? ਕਿੱਥੋਂ ਦੀ ਗੱਲ ਕਰਦੇ ਹੋ, ਕਿਹੜੀਆਂ ਫੀਸਾਂ? ਕੋਈ ਫੀਸਾਂ ਨਹੀਂ ਸਾਡੇ ਸਰਕਾਰੀ ਜਿਹੜੇ ਕਾਲਜ MBBS ਦੀ, ਅਸੀਂ ਪੂਰੇ ਕੋਰਸ ਦਾ 4.5 ਸਾਲਾਂ ਦਾ ਅਸੀਂ ਡਾਕਟਰ ਜਿਹੜਾ ਜਦੋਂ ਬਣਾਉਂਦੇ ਹਾਂ ਸਰਕਾਰੀ ਕਾਲਜਾਂ 'ਚ, ਸਾਡੀ 7.5 ਲੱਖ ਰੁਪਈਆ 4.5 ਸਾਲਾਂ ਦੀ ਫੀਸ ਆ। ਤੁਸੀਂ ਵੇਖੋ ਸਰਕਾਰਾਂ ਦੇ ਪ੍ਰਾਈਵੇਟ ਕਾਲਜਾਂ ਪੁੱਛੋ, 15-20 ਲੱਖ ਰੁਪਈਆ ਤਾਂ ਇੱਕ ਡਾਕਟਰ ਬਣਾਉਣ ਨੂੰ ਸਰਕਾਰ ਦਾ ਲੱਗਦਾ, ਅਤੇ ਅਸੀਂ ਤਾਂ 7.5 ਲੱਖ ਦਾ ਡਾਕਟਰ, ਅਸੀਂ ਪੂਰਾ ਕੋਰਸ ਦਾ ਅਸੀਂ 7.5 ਲੱਖ ਰੁਪਈਆ ਸਰਕਾਰ ਦੀ ਕਾਹਦੀ ਫੀਸ ਆ? ਸੋ ਉਸਦੇ ਨਾਲ ਨਾਲ ਜਿਹੜੇ ਬੱਚੇ ਨੇ ਉਹਨਾਂ ਨੂੰ ਵਜ਼ੀਫਾ ਵੀ ਜਿਹੜਾ ਸਰਕਾਰ ਦਿੰਦੀ ਆ, ਸੋ ਕੋਈ ਇਹੋ ਜਿਹੀ ਫੀਸਾਂ ਵਾਲੀ ਬਦਲ ਵਾਲੀ ਗੱਲ ਨਹੀਂ। ਠੀਕ ਹੈ।